ਹੈਲੋ ਫਰੈਂਡਸ, ਸਾਰੇ ਫਰੈਂਡ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਬਣਾ ਰਹੇ ਹਾਂ ਗੁੜ ਦਾ ਬਹੁਤ ਹੀ ਟੇਸਟੀ ਸਰਬਤ, ਜਿਹੜਾ ਕਿ ਹੈ ਨਾ ਕਾਫੀ ਵਾਇਰਲ ਹੋ ਰਿਹਾ ਹੈਗਾ ਵੀ ਬਿਨਾਂ ਗੰਨੇ ਤੋਂ ਹੈ ਨਾ ਗੁੜ, ਮਤਲਬ ਕਿ ਗੰਨੇ ਦਾ ਜੂਸ ਬਣਾਓ। ਇਹ ਗੰਨੇ ਦਾ ਜੂਸ ਨਹੀਂ, ਇਹ ਮਤਲਬ ਕਿ ਗੁੜ ਦਾ ਸਰਬਤ ਹੁੰਦਾ ਗਾ। ਕਈ ਫਰੈਂਡ ਕਹਿੰਦੇ ਆ ਵੀ ਜਿਹੜਾ ਗੁੜ ਹੈ ਨਾ ਇਹਦੀ ਤਸੀਰ ਗਰਮ ਹੁੰਦੀ ਹੈ, ਇਹਦੀ ਤਸੀਰ ਬਿਲਕੁਲ ਗਰਮ ਹੁੰਦੀ ਹੈ, ਪਰ ਜਿਹੜਾ ਆਪਾਂ ਇਹ ਸਰਬਤ ਇਸ ਤਰੀਕੇ ਨਾਲ ਬਣਾਉਂਦੇ ਹਾਂ ਤਾਂ ਇਸਦੀ ਤਸੀਰ ਠੰਡੀ ਹੁੰਦੀ ਹੈ। ਕਿੰਨੀ ਵੀ ਤੁਹਾਨੂੰ ਲੂਣ ਲੱਗੀ ਹੋਵੇ, ਕਿੰਨਾ ਵੀ ਤੁਹਾਡੇ ਹੈ ਨਾ ਅੰਦਰ ਗਰਮੀ ਭਰੀ ਹੋਈ ਹੋਵੇ, ਤਾਂ ਤੁਸੀਂ ਇਸ ਤਰੀਕੇ ਨਾਲ ਸਰਬਤ ਬਣਾ ਕੇ ਡੇਲੀ 1-2 ਵਾਰ ਪੀਓ, ਤਾਂ ਦੇਖਿਓ ਤੁਹਾਡੀ ਹੈ ਨਾ ਜਿੰਨੀ ਵੀ ਗਰਮੀ ਹੈ, ਲੂਣ ਲੱਗੀ ਹੋਈ ਹੈ, ਕਿੰਨੀ ਵਧੀਆ ਤੁਹਾਨੂੰ ਜਲਦੀ ਠੀਕ ਹੋਵੇਗੀ। ਉਹਦੇ ਵਾਸਤੇ ਆਪਾਂ ਲੈਣਾ ਥੋੜ੍ਹਾ ਜਿਹਾ ਗੁੜ, ਜ਼ਿਆਦਾ ਮਾਤਰਾ ਦੇ ਵਿੱਚ ਨਹੀਂ, ਥੋੜ੍ਹਾ ਜਿਹਾ ਗੁੜ, ਅਤੇ ਪੁਦੀਨਾ, ਨਿੰਬੂ, ਕਾਲੀ ਮਿਰਚ ਅਤੇ ਲਾਲ ਮਿਰਚ, ਥੋੜ੍ਹੀ ਜਿਹੀ ਮਿਸਰੀ। ਹਾਂਜੀ, ਹੁਣ ਆਪਣੇ ਗੁੜ, ਪੁਦੀਨਾ ਅਤੇ ਨਿੰਬੂ ਵਿੱਚ ਪਾਤਾ, ਥੋੜ੍ਹੀ ਜਿਹੀ ਕਾਲੀ ਮਿਰਚ, ਥੋੜ੍ਹਾ ਜਿਹਾ ਕਾਲਾ ਨਮਕ, ਹਾਂਜੀ ਬਿਲਕੁਲ ਗੰਨੇ ਦੇ ਜੂਸ ਵਰਗਾ ਹੀ ਇਹਦਾ ਟੇਸਟ ਆਉਂਦਾ, ਪਰ ਇਹਦੀ ਤਸੀਰ ਨਾ ਬਹੁਤ ਠੰਡੀ ਹੁੰਦੀ ਹੈ। ਤਾਂ ਦੇਖੋ ਵੀਡੀਓ ਚੰਗੀ ਲੱਗੀ, ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ, ਅਤੇ ਇਸ ਨੂੰ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਨਾ, ਅਤੇ ਫਿਰ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਕਿੱਦਾਂ ਦਾ ਲੱਗਿਆ। ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ।